ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਮੈਂ ਹਾਂ ਸਿਮਰਨਜੋਤ ਸਿੰਘ। ਔਰ ਦਿੱਲੀ ਦੇ ਵਿੱਚ ਦਿਲ ਵੀ ਜਿੱਤੇ ਆ ਕੇਜਰੀਵਾਲ ਨੇ, ਔਰ ਭਗਵੰਤ ਮਾਨ ਉੱਥੇ ਪਹੁੰਚੇ ਤਾਂ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ ਕਿਵੇਂ ਲੋਕ ਉਹਨਾਂ ਨੂੰ ਉੱਥੇ ਪਿਆਰ ਕਰ ਰਹੇ ਸੀ। ਭਗਵੰਤ ਮਾਨ ਦਿੱਲੀ ਦੀ ਵੱਡੀ ਜਿੱਤ ਤੋਂ ਬਾਅਦ ਅੱਜ ਪਹਿਲਾ ਵੱਡਾ ਇੰਟਰਵਿਊ ਸਾਡੇ ਨਾਲ ਲਾਈਵ ਮੌਜੂਦ ਨੇ। ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪਹਿਲਾਂ ਤੁਸੀਂ ਕਹਿੰਦੇ ਸੀ ਕਿ ਹੋਰ ਕਿਹੜਾ ਦਿੱਲੀ ਜਿੱਤੀ, ਦਿਲ ਹੀ ਜਿੱਤੇ, ਹੁਣ ਤਾਂ ਦਿੱਲੀ ਵੀ ਜਿੱਤ ਲਈ। ਹੁਣ ਫਿਰ ਐਂ ਕਹਿੰਦੇ ਹਾਂ ਕਿ ਨਾਲੇ ਤਾਂ ਅਸੀਂ ਦਿੱਲੀ ਜਿੱਤੀ, ਨਾਲੇ ਦਿਲ ਵੀ ਜਿੱਤੇ ਆ। ਕੀ ਫੈਕਟਰ ਕੀ ਰਹੇ ਨੇ? ਦੇਖੋ, ਸਭ ਤੋਂ ਪਹਿਲਾਂ ਮੈਂ ਤਾਂ ਇਹ ਕਹੂੰਗਾ ਕਿ ਦਿੱਲੀ ਦੇ ਨਹੀਂ, ਦੇਸ਼ ਦੇ ਲੋਕ ਜਿੱਤ ਗਏ। ਕਿਉਂਕਿ ਅੱਛੇ ਸਕੂਲ ਜਿੱਤ ਗਏ, ਵਧੀਆ ਮੁਹੱਲਾ ਕਲੀਨਿਕ ਜਿੱਤ ਗਏ, ਸਿਹਤ ਸੇਵਾਵਾਂ ਜਿੱਤ ਗਈਆਂ, ਬਿਜਲੀ ਪਾਣੀ ਜਿੱਤ ਗਏ। ਸੋ ਲੋਕਾਂ ਦੇ ਜਿਹੜੇ ਜੁੜੇ ਹੋਏ ਮੁੱਦੇ ਨੇ ਉਹ ਜਿੱਤ ਗਏ, ਧਰਮ ਅਤੇ ਜਾਤੀ ਦੇ ਨਾਂ 'ਤੇ ਨਫ਼ਰਤ ਫੈਲਾਉਣ ਵਾਲੇ ਹਾਰ ਗਏ। ਸੋ ਇਸੇ ਕਰਕੇ ਦਿੱਲੀ ਜਿੱਤਣ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਜਸ਼ਨ ਦਾ ਮਾਹੌਲ ਇਹ ਹੈ ਕਿ ਹੁਣ ਕੰਮਾਂ ਨੂੰ ਵੋਟਾਂ ਪਿਆ ਕਰਨਗੀਆਂ। ਹੁਣ ਆ ਧਰਮ ਅਤੇ ਰਾਜਨੀਤੀ ਵਾਲਾ ਏਜੰਡਾ ਜਿਹੜੀ ਵੀ ਪਾਰਟੀ ਕਰੂਗੀ ਉਹਨਾਂ ਨੂੰ ਬਦਲਣਾ ਪਊ। ਇਹ ਕੇਜਰੀਵਾਲ ਦੀ ਜਿੱਤ ਹੈ ਕਿ ਕੰਮਾਂ ਦੀ ਜਿੱਤ ਹੈ? ਕੇਜਰੀਵਾਲ ਸਾਹਿਬ ਦੀ ਵੀ ਜਿੱਤ ਹੈ। ਕੰਮ ਤਾਂ ਕੇਜਰੀਵਾਲ ਸਾਹਿਬ ਨੇ ਕੀਤੇ ਨੇ, ਕੇਜਰੀਵਾਲ ਸਾਹਿਬ ਦੇ ਨਾਮ 'ਤੇ ਇਲੈਕਸ਼ਨ ਲੜੀ ਹੈ ਅਤੇ ਦਿੱਲੀ ਮੇਂ ਤੋਂ ਕੇਜਰੀਵਾਲ ਅਸੀਂ ਕਹਿੰਦੇ ਰਹੇ ਹਾਂ ਕਿ ਕੇਜਰੀਵਾਲ ਸਾਹਿਬ ਨੇ ਵੀ ਦੇਖੋ ਪਹਿਲਾ ਰਾਜਨੇਤਾ 70 ਸਾਲ ਦੀ ਆਜ਼ਾਦੀ ਤੋਂ ਬਾਅਦ ਕਿ ਜਿਹਨੇ ਇਹ ਕਹਿਤਾ ਕਿ ਜੇ ਮੇਰੇ ਕੰਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਕਿ ਮੈਂ ਕੰਮ ਕੀਤੇ ਨੇ ਤਾਂ ਵੋਟ ਪਾ ਦਿਓ, ਨਹੀਂ ਤਾਂ ਨਾ ਪਾਇਓ। ਇਹੋ ਜਿਹੀ ਡੇਰਿੰਗ, ਇਹੋ ਜਿਹੀ ਹੌਸਲੇ ਵਾਲੀ, ਜਿਗਰੇ ਵਾਲੀ ਜਿਹੜੀ ਸਟੇਟਮੈਂਟ ਦੇਣੀ ਕੋਈ ਸੌਖੀ ਨਹੀਂ ਹੁੰਦੀ। ਹੰਸਰਾਜ ਹੰਸ ਸਕੂਲਾਂ 'ਚ ਲੱਭਦੇ ਫਿਰਦੇ ਸੀ, ਉੱਥੇ ਕਿਤੇ ਕਹਿੰਦੇ ਟਾਟ ਵਿਸ਼ੇ ਹੈ, ਕਿਤੇ ਕਹਿੰਦੇ ਬਾਲੇ ਲੱਗੇ ਹੋਏ ਹੈ। ਬੀਜੇਪੀ ਨੇ ਇੱਕ ਪਲੈਨਿੰਗ ਕੀਤੀ ਕਿ ਸਕੂਲਾਂ ਦੇ ਨਾਂ 'ਤੇ ਇਹ ਗੱਲ ਕਰਦੇ ਨੇ, ਤਾਂ ਜਿਹੜਾ ਸਕੂਲ ਹੈ, ਜੇ ਮੈਂ ਕਿਸੇ ਸਕੂਲ ਨੂੰ ਪੈਸੇ ਦਿੱਤੇ, ਉਹਨਾਂ ਨੇ ਕਮਰੇ ਨਵੇਂ ਬਣਾ ਲਏ ਅਲੱਗ, ਪਰ ਤੁਸੀਂ ਕੈਮਰਾ ਲੈ ਕੇ ਪੁਰਾਣੇ ਸਕੂਲ ਦਿਖਾ ਦਿਓ, ਤਾਂ ਉਹਨਾਂ ਨੇ ਇਹ ਰਾਜਨੀਤੀ ਕੀਤੀ। ਤਾਂ ਅਗਲੇ ਦਿਨ ਮੀਡੀਆ ਨੇ ਉਹ ਚੀਜ਼ਾਂ ਦਿਖਾਤੀਆਂ ਕਿ ਉਸੇ ਸਕੂਲ ਦੇ ਵਿੱਚ ਆਹ ਪਾਸਾ ਵੀ ਹੈ। ਬੱਚਿਆਂ ਨਾਲ, ਉਹਦੇ ਮਾਪਿਆਂ ਨਾਲ ਵੀ ਗੱਲ ਕੀਤੀ, ਇਸ ਗੱਲ 'ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਵੀ ਝੱਲਣੀ ਪਈ ਕਿ ਅਸੀਂ ਗਲਤ ਸਕੂਲ ਦਿਖਾਤੇ। ਅਸਲ 'ਚ ਦਿੱਲੀ ਦੇ ਵਿੱਚ ਸਾਰੇ ਸਕੂਲ ਮਨੀਸ਼ ਸਿਸੋਦੀਆ ਸਿੱਖਿਆ ਮੰਤਰੀ ਨੇ ਉਹਨਾਂ ਨੇ ਕਮਾਲ ਦੇ ਕਰਤੇ, ਜਿਹਦੀ ਪੂਰੀ ਦੁਨੀਆ 'ਚ ਚਰਚਾ, ਜਿਹਨਾਂ ਨੂੰ ਇੱਕ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਦੇ ਤੌਰ 'ਤੇ ਜਾਣਿਆ ਜਾਂਦਾ ਪੂਰੀ ਦੁਨੀਆ 'ਚ। ਪਰ ਮਾਨ ਸਾਹਿਬ, ਇੰਨਾ ਡਿਫਰੈਂਸ ਕਿਵੇਂ ਆ ਗਿਆ? ਲੋਕ ਸਭਾ 'ਚ ਆਮ ਆਦਮੀ ਪਾਰਟੀ, ਹਾਲਾਂਕਿ ਵੋਟ ਪਰਸੈਂਟੇਜ ਠੀਕ ਸੀ ਉਦੋਂ ਵੀ, ਪਰ ਸੀਟਾਂ ਨਹੀਂ ਕੱਢ ਸਕੀ। ਉਦੋਂ ਹੰਸਰਾਜ ਹੰਸ ਵੀ ਜਿੱਤ ਗਏ, ਮਤਲਬ ਤੁਸੀਂ ਦੇਖੋ ਬੀਜੇਪੀ ਦੀ ਐਸੀ ਵੇਵ ਸੀਗੀ ਦਿੱਲੀ ਜਾ ਕੇ, ਔਰ ਹੁਣ ਲੋਕਾਂ 'ਚ ਕੀ ਬਦਲਾਅ ਆਇਆ, ਇੰਨਾ ਫਰਕ ਕਿਉਂ ਆ ਗਿਆ? ਦੇਖੋ, ਜੇ ਤੁਸੀਂ ਥੋੜ੍ਹਾ ਜਿਹਾ ਹਿਸਟਰੀ 'ਚ ਜਾਓ, 2014 ਦੇ ਵਿੱਚ ਵੀ 7 ਦੀਆਂ 7 ਸੀਟਾਂ ਜਿਹੜੀਆਂ ਉਹ ਬੀਜੇਪੀ ਦੀਆਂ ਸੀ ਲੋਕ ਸਭਾ 'ਚ, ਇੱਕ ਸਾਲ ਬਾਅਦ ਫਰਵਰੀ 2015 'ਚ 67-3। ਸੋ ਦਿੱਲੀ ਦੇ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਸ਼ਾਇਦ ਲੋਕ ਸੈਂਟਰ ਵਾਸਤੇ ਮੋਦੀ ਨੂੰ ਪਸੰਦ ਕਰਦੇ, ਪਰ ਦਿੱਲੀ ਵਾਸਤੇ ਕੇਜਰੀਵਾਲ ਦੇ ਨਾਂ 'ਤੇ ਮੋਹਰ ਲੱਗਦੀ ਹੈ। ਇਹੀ ਨਤੀਜਾ। ਤੁਹਾਡੇ ਜਾਣ ਨਾਲ ਉੱਥੇ ਫਰਕ ਪਿਆ ਜੀ? ਦੇਖੋ, ਅਸੀਂ ਤਾਂ ਸਿਪਾਹੀ ਹਾਂ, ਸਾਡੀ ਤਾਂ ਜਿਹੜੇ ਮਰਜ਼ੀ ਮੋਰਚੇ 'ਤੇ ਡਿਊਟੀ ਲਾ ਦਿਓ, ਭਾਵੇਂ ਸਾਡੀ ਤਾਂ ਪੋਸਟਰ ਕੰਧਾਂ ਦੇ ਪੋਸਟਰ ਲਾਉਣ ਦੀ ਡਿਊਟੀ ਲਾ ਦੇ ਪਾਰਟੀ, ਜਾਂ ਕਿਸੇ ਚੌਂਕ ਦੇ ਵਿੱਚ ਝਾੜੂ ਫੜ ਕੇ ਇੱਦਾਂ ਇੱਦਾਂ ਕਰਨ ਦੀ ਡਿਊਟੀ ਲਾ ਦਿਓ, ਉਹ ਵੀ ਕਰ ਲਾਂਗੇ। ਸੋ ਅਰਵਿੰਦ ਕੇਜਰੀਵਾਲ ਦਾ ਨਾਮ ਚੱਲਿਆ ਐਤਕੀ, ਕਹਿੰਦੇ ਮੁੱਖ ਮੰਤਰੀ ਵਾਲੀ ਡਿਊਟੀ ਬਾਰੇ ਵੀ ਸੋਚਿਆ ਜਾ ਰਿਹਾ ਪੰਜਾਬ 'ਚ? ਨਹੀਂ, ਮੈਂ ਕੋਈ ਇੱਦਾਂ ਦਾ ਹਜੇ ਨਹੀਂ ਸੋਚਿਆ, ਨਾ ਹੀ ਮੈਨੂੰ ਕੋਈ ਇੱਦਾਂ ਦਾ ਲਾਲਚ ਹੈ। ਇਹ ਤਾਂ ਪਾਰਟੀ ਡਿਸਾਈਡ ਕਰੂਗੀ, ਪਰ ਮੈਨੂੰ ਇੰਨਾ ਪਤਾ ਕਿ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ 70% ਦਿੱਲੀ ਪੰਜਾਬੀ ਬੋਲਦੀ ਹੈ। ਬਹੁਤ ਸਾਰੇ ਲੋਕ ਪੰਜਾਬ ਤੋਂ ਗਏ ਵਲੰਟੀਅਰ, ਉਹਨਾਂ ਨੇ ਡੋਰ ਟੂ ਡੋਰ ਕੀਤਾ, ਫਲੋਰ ਟੂ ਫਲੋਰ ਕੀਤਾ, ਅਤੇ ਮੇਰੀ ਡਿਊਟੀ ਸੀਗੀ ਪੂਰੀ ਦਿੱਲੀ 'ਚ ਰੈਲੀਆਂ ਕਰਨ ਦੀ, ਅਤੇ ਮੈਂ ਰੈਲੀ ਕੀਤੀ। ਤੁਸੀਂ ਸਟੇਟਮੈਂਟ ਦਿੰਦੇ ਹੋ ਜਿੱਤਣ ਤੋਂ ਬਾਅਦ ਕਿ ਹੁਣ ਪੰਜਾਬ ਦੀ ਵਾਰੀ ਹੈ, ਇਹਦਾ ਕੀ ਮਤਲਬ ਹੈ? ਜਿੱਤਣ ਤੋਂ ਪਹਿਲਾਂ ਸਟੇਟਮੈਂਟ ਦਿੱਤੀ ਸੀ ਕਿ 2020 ਮੇਂ ਦਿੱਲੀ ਹਮਾਰੀ ਹੈ ਔਰ 2022 ਮੇਂ ਪੰਜਾਬ ਕੀ ਵਾਰੀ ਹੈ। ਤੋ ਕਿਉਂਕਿ ਪੰਜਾਬ ਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ 4 ਹਰੇ ਰੰਗ ਦੇ ਪੱਤੇ ਦਿੱਤੇ ਸੀ, ਫਿਰ ਉਹ ਤੋਂ ਬਾਅਦ 20 ਸਾਡੇ MLA ਨੇ ਮੁੱਖ ਵਿਰੋਧੀ ਧਿਰ 'ਚਾਂ। ਸੋ ਪੰਜਾਬੀ ਜਿਹੜੇ ਨੇ ਉਹ ਕੋਈ ਵੀ ਨਵਾਂ ਇਨਕਲਾਬ ਹੋਵੇ ਪੰਜਾਬੀ ਅਡੋਪਟ ਕਰਦੇ ਨੇ ਉਹਨੂੰ, ਅਤੇ ਇਨਕਲਾਬ ਦੇ ਤੌਰ 'ਤੇ ਪੰਜਾਬੀ ਜਿਹੜੇ ਨੇ ਅਡੋਪਟ ਕਰ ਰਹੇ ਨੇ। ਪਰ ਨਵਾਂ ਕੀ ਲਿਆਉਂਗੇ, ਉਹ ਤਾਂ 17 'ਚ ਤੁਸੀਂ ਅਡੋਪਟ ਕਰਕੇ ਦੇਖ ਲਿਆ ਪੰਜਾਬੀਆਂ ਨੇ, ਤੁਹਾਨੂੰ 20 ਸੀਟਾਂ ਦਿੱਤੀਆਂ, ਹੁਣ ਕੀ ਲੈ ਕੇ ਆਉਂਗੇ 22 'ਚ ਕੇ ਲੋਕ ਤੁਹਾਨੂੰ ਉਹ ਜਿਹੜਾ ਜਾਦੂਈ ਅੰਕੜਾ ਕਹਿ ਦਿੰਦੇ ਉਹਦੇ 'ਤੇ ਲਿਜਾਣਗੇ? ਦੇਖੋ, ਅਕਾਲੀ ਦਲ ਤਾਂ ਵੈਸੇ ਹੀ ਖਤਮ ਹੋ ਗਿਆ, ਉਹ ਤਾਂ ਦੇਖੋ 4 ਸੀਟਾਂ ਉਹਨਾਂ ਨੂੰ ਮੰਗਦੇ ਸੀ, ਉੱਥੇ 1 ਵੀ ਨਹੀਂ ਦਿੱਤੀ। ਅਕਾਲੀ ਦਲ ਇੱਥੇ 3 ਨੰਬਰ 'ਤੇ ਹੈ। ਉਹ ਖੁਸ਼ ਨੇ, ਕਹਿੰਦੇ ਠੀਕ ਰਹਿ ਗਏ ਅਸੀਂ ਉੱਥੇ ਦਿੱਲੀ 'ਚ। ਹਾਂ, ਉਹ ਕਹਿੰਦੇ ਪਹਿਲਾਂ ਵੀ 0 ਸੀ, ਹੁਣ ਵੀ 0 ਹਾਂ, ਇਹ ਤਾਂ ਬੀਜੇਪੀ ਆਪਣਾ ਕਾਂਗਰਸ ਵੀ ਕਹਿੰਦੀ ਹੈ, ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪਿਆ, ਅਸੀਂ ਪਹਿਲਾਂ ਵੀ 0 ਸੀ, ਹੁਣ ਵੀ 0 ਹਾਂ, ਠੀਕ ਹੈ। ਸੋ ਪੰਜਾਬ ਦੇ ਵਿੱਚ ਆਹੀ ਮੁੱਦੇ ਪੰਜਾਬ 'ਚ ਨੇ। ਸਕੂਲਾਂ ਦੀ ਹਾਲਤ ਪੰਜਾਬ ਦੇ ਬੰਦ ਹੋ ਰਹੇ ਨੇ, ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ ਹੈ, ਅਤੇ ਟੈਟ ਪਾਸ ਅਤੇ BEd ਪਾਸ ਜਿਹੜੇ ਟੀਚਰ ਨੇ ਉਹ ਪਾਣੀ ਦੀਆਂ ਟੈਂਕੀਆਂ 'ਤੇ ਚੜੇ ਬੈਠੇ ਨੇ। ਸੋ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਸਕੂਲ, ਬਿਜਲੀ ਸਭ ਤੋਂ ਮਹਿੰਗੀ ਹੈ ਪੰਜਾਬ 'ਚ, ਜਦਕਿ ਪੰਜਾਬ ਬਿਜਲੀ ਬਣਾ ਰਿਹਾ ਹੈ ਅਤੇ ਅਰਵਿੰਦ ਕੇਜਰੀਵਾਲ ਬਿਜਲੀ ਖਰੀਦ ਰਿਹਾ,
ਤੇ ਉਹ ਬਿਜਲੀ ਸਭ ਤੋਂ ਦੇਸ਼ ਚ ਸਸਤੀ ਦੇ ਰਿਹਾ ਸੋ ਇਹ ਗੱਲਾਂ ਅਸੀਂ ਲੈ ਕੇ ਜਾਵਾਂਗੇ ਪੰਜਾਬ ਕੋਲ ਪਰ ਕੀ ਤੁਸੀਂ ਉਹ ਮਾਡਲ ਲੈ ਕੇ ਆਓਗੇ ਕਿ ਫ੍ਰੀ ਬਿਜਲੀ ਦੇਵਾਂਗੇ ਪਾਣੀ ਫ੍ਰੀ ਕਰਾਂਗੇ ਅਸੀਂ ਮਹਿਲਾਵਾਂ ਵਾਸਤੇ ਬੱਸਾਂ ਦੇ ਵਿੱਚ ਅਸੀਂ ਸਫ਼ਰ ਫ੍ਰੀ ਕਰ ਦੇਵਾਂਗੇ ਦੇਖੋ ਕੋਈ ਕੋਈ ਵੀ ਇਹੋ ਜਿਹੀ ਸੁਵਿਧਾ ਦੇ ਕੇ ਉਹਨਾਂ ਨੇ ਕਰਜਾਈ ਤਾਂ ਨਹੀਂ ਕੀਤਾ ਨਾ ਉਹਨਾਂ ਨੇ ਲੀਕੇਜ ਬੰਦ ਕਰ ਬੀਜੇਪੀ ਕਹਿੰਦੀ ਪਾਪੂਲਿਸਟ ਵਾਧੇ ਹੈ ਇਹਦੇ ਨਾਲ ਭਲਾ ਨਹੀਂ ਹੋ ਸਕਦਾ ਨਹੀਂ ਕਿਉਂ ਨਹੀਂ ਹੋ ਸਕਦਾ ਜਿਹੜਾ ਪੁਲ 350 ਕਰੋੜ ਚ ਬਣਦਾ ਸੀ ਉਹ ਪੁਲ 200 ਕਰੋੜ ਚ ਬਣਾ ਕੇ ਜਿਹੜਾ ਬਾਕੀ 150 ਕਰੋੜ ਬਚਿਆ ਅਰਵਿੰਦ ਕੇਜਰੀਵਾਲ ਜੀ ਨੇ ਉਹ 150 ਕਰੋੜ ਦੀਆਂ ਦਵਾਈਆਂ ਫ੍ਰੀ ਕਰਤੀਆਂ ਲੋਕਾਂ ਨੂੰ ਤੇ ਨਾਲੇ ਕਿਸੇ ਨੂੰ ਇਹ ਨਹੀਂ ਹੈਗਾ ਕਿ ਕੋਈ ਲਾਲ ਕਾਰਡ ਜਾਂ ਪੀਲਾ ਕਾਰਡ ਜਿਹੜਾ ਮਰਜ਼ੀ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਦਵਾਈਆਂ ਫ੍ਰੀ ਨੇ ਦਿੱਲੀ ਦੇ ਹਸਪਤਾਲਾਂ ਚ ਇਹ ਤਾਂ ਪਾਪੂਲਿਜ਼ਮ ਨਹੀਂ ਹੈਗਾ ਨਾ ਪੈਸੇ ਬਚਾ ਕੇ ਇਨਕਮ ਟੈਕਸ ਦੇ ਅਫਸਰ ਨੇ ਉਹ IRS ਅਫਸਰ ਨੇ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਜਨਰੇਟ ਹੋਊਗਾ ਕਿਵੇਂ ਆਪਰੇਟ ਹੋਊਗਾ ਤੇ ਕਿੱਥੇ ਜਾਣਾ ਹੈ ਸੋ ਇਹ ਗੱਲ ਉਹਨਾਂ ਨੇ ਸਾਬਤ ਕਰਤੀ ਕਿ ਦਿੱਲੀ ਤੇ 1 ਰੁਪਏ ਦੇ ਵੀ ਕਰਜ਼ਾ ਨਹੀਂ ਚੜਿਆ ਪਰ ਜਦੋਂ ਵੀ ਪੈਸੇ ਆਉਂਦੇ ਨੇ ਤਾਂ ਲੋਕਾਂ ਤੇ ਲਾ ਦਿੱਤੇ ਜਾਂਦੇ ਨੇ ਇਹਨੂੰ ਤੁਸੀਂ ਇਹ ਨਾ ਕਹੋ ਕਿ ਅਸੀਂ ਕੋਈ ਲੋਕਾਂ ਨੂੰ ਬੀਜੇਪੀ ਜਿਵੇਂ ਕਹਿੰਦੀ ਸੀ ਕਿ ਮੁਫਤ ਖੋਰੀ ਦੀ ਆਦਤ ਪਾ ਰਹੇ ਜਦੋਂ ਲੋਕਾਂ ਦਾ ਪੈਸਾ ਟੈਕਸ ਰਾਹੀਂ ਟੈਕਸ ਕਲੈਕਸ਼ਨ ਵੱਧ ਗਈ ਵੈਟ ਘਟਾਤਾ 12% ਤੋਂ 5% ਤੇ ਕਰ ਪਰ 2000 ਕਰੋੜ ਰੁਪਏ ਦੀ ਕਲੈਕਸ਼ਨ ਵੱਧ ਗਈ ਉਹ 2000 ਕਰੋੜ ਫੇਰ ਲੋਕਾਂ ਤੇ ਲਾਤਾ ਤਾਂ ਇਹ ਤਾਂ ਗਲਤੀਆਂ ਮੰਨੋਗੇ ਪਿਛਲੀਆਂ ਜਾਂ ਸਟਬਨ ਹੈ ਜਿੱਦ ਹੈ ਕਿ ਨਹੀਂ ਜੋ ਹੋਇਆ ਠੀਕ ਹੋਇਆ ਦੇਖੋ ਉਹ ਕਹਿੰਦੇ ਜਿਹਨੇ ਕੋਈ ਗਲਤੀ ਨਹੀਂ ਕੀਤੀ ਫਿਰ ਉਹਦਾ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਗਲਤੀਆਂ ਕੰਮ ਦੌਰਾਨ ਹੋ ਜਾਂਦੀਆਂ ਨੇ ਘਰੇ ਬੈਠਾ ਤੋਂ ਗਲਤੀ ਨਹੀਂ ਹੁੰਦੀ ਜਦੋਂ ਘਰੋਂ ਬਾਹਰ ਜਾ ਕੇ ਕੋਈ ਕੰਮ ਕਰੋਗੇ ਉਦੋਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਵੀ ਇਨਸਾਨ ਹਾਂ ਪਰ ਲੋਕਾਂ ਨੇ ਜਿਹੜਾ ਆਹ ਫਤਵਾ ਦਿੱਤਾ ਇਹਦੇ ਨਾਲ ਸਾਨੂੰ ਖੁਸ਼ੀ ਹੈ ਤੇ ਪੰਜਾਬ ਦੇ ਵਿੱਚ ਦੁਬਾਰਾ ਜਿਹੜਾ ਉਸ ਤਰ੍ਹਾਂ ਦਾ ਲਹਿਰ ਖੜੀ ਕਰਾਂਗੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਆਏ ਸੀ ਸਵਾਲ ਹੋਏ ਸਾਰਿਆਂ ਨੇ ਕਿਹਾ ਪੰਜਾਬ ਸ਼ਾਇਦ ਤਾਂ ਹਾਰ ਗਏ ਕਿ ਬਾਹਰਲੇ ਸੀ ਖੁਦ ਮੁਖਤਿਆਰੀ ਜਿਹੜੀ ਕਹਿ ਦਿੰਦੇ ਆ ਐਤਕੀ ਉਹ ਗਲਤੀ ਹੋਊਗੀ ਰਿਪੀਟ ਹੋਊਗੀ ਤੁਹਾਨੂੰ ਪਤਾ ਹਰਸਿਮਰਤ ਕੌਰ ਕਿੱਥੋਂ ਦੀ ਹੈ ਦੱਸੋਗੇ ਹਰਸਿਮਰਤ ਕੌਰ ਦੇ ਪੇਕੇ ਕਿੱਥੋਂ ਦੇ ਨੇ ਦੱਸ ਸਕਦੇ ਤੁਸੀਂ ਤਾਂ ਮਜੀਠਾ ਕਹੋਗੇ ਨਾ ਯੂਪੀ ਤੋਂ ਆਏ ਹੋਏ ਨੇ ਉਹ ਬਾਹਰਲਾ ਕੌਣ ਹੈ ਦੇਸ਼ ਦੇ ਹੀ ਆ ਸਾਰੇ ਠੀਕ ਹੈ ਸਾਨੂੰ ਯੂਪੀ ਵਾਲੇ ਤੇ ਹਰਸਿਮਰਤ ਕੌਰ ਵੀ ਯੂਪੀ ਵਾਲੀ ਹੈ ਉਹਨੂੰ ਨੀ ਕਹਿੰਦੇ ਨਾ ਸੋ ਉਹ ਕੋਈ ਉਹ ਕੋਈ ਵੀ ਪਾਰਟੀ ਹਰਾਉਣ ਵਾਸਤੇ ਨਹੀਂ ਆਉਂਦੀ ਹੁੰਦੀ ਜਿਤਾਉਣ ਵਾਸਤੇ ਆਉਂਦੇ ਹੁੰਦੇ ਨੇ ਸਾਡੇ ਲੀਡਰ ਨੇ ਅਸੀਂ ਪੰਜਾਬ ਤੋਂ ਗਏ ਸੀਗੇ ਦਿੱਲੀ ਵਾਲਿਆਂ ਦਾ ਗੁੱਸਾ ਕੀਤਾ ਨੀ ਵੀ ਪੰਜਾਬ ਤੋਂ ਕਿਉਂ ਆ ਗਏ ਵੀ ਸਾਰੇ MLA ਗਏ ਸੀ ਅਸੀਂ ਗਏ ਸੀ ਸੋ ਏਦਾਂ ਦੀ ਕੋਈ ਗੱਲ ਨਹੀਂ ਕਿ ਕੋਈ ਵੀ ਪਾਰਟੀ ਜਿੱਤਣ ਵਾਸਤੇ ਖੜਦੀ ਹੈ ਹਾਰਨ ਵਾਸਤੇ ਨਹੀਂ ਖੜਦੀ ਹੁੰਦੀ ਸਾਡੇ ਲੀਡਰ ਨੇ ਉਹ ਹਾਂ ਇਹਨਾਂ ਨੇ ਪਰਸੈਪਸ਼ਨ ਫਲਾਈ ਸੀ ਅਕਾਲੀ ਦਲ ਨੇ ਆ ਗਏ ਜੀ ਯੂਪੀ ਵਾਲੇ ਆ ਗਏ ਜੀ ਬਿਹਾਰ ਵਾਲੇ ਪਰ ਜਿਸ ਵੇਲੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਭਗਤ ਸਿੰਘ ਹੋਰੀ ਚੰਦਰ ਸ਼ੇਖਰ ਆਜ਼ਾਦ ਵੀ ਤਾਂ ਯੂਪੀ ਤੋਂ ਸੀ ਅਸ਼ਫਾਕ ਉੱਲਾ ਵੀ ਤਾਂ ਯੂਪੀ ਤੋਂ ਸੀ ਤੇ ਸੁਭਾਸ਼ ਚੰਦਰ ਬੋਸ ਵੀ ਤਾਂ ਬੰਗਾਲ ਤੋਂ ਸੀ ਸੋ ਲੜਾਈਆਂ ਤਾਂ ਸਾਰੇ ਮੁਲਕ ਨੇ ਲੜੀਆਂ ਨੇ ਨਾ ਸੋ ਇਸ ਕਰਕੇ ਇਹ ਨਹੀਂ ਕਹਿ ਸਕਦੇ ਕਿ ਆਪਾਂ ਆਪਸ ਦੇ ਵਿੱਚ ਦੇਸ਼ ਦੇ ਵਿੱਚ ਕੋਈ ਵਿਭਾਜਨ ਕਰੀਏ ਉਹ ਇਹਨਾਂ ਦੀ ਸੌੜੀ ਰਾਜਨੀਤੀ ਸੀ ਜਿਹੜੀ ਦਿੱਲੀ ਨੇ ਜਿਹੜੀ ਦੱਸਤਾ ਇਹ ਵੇਵ ਜਿਹੜੀ ਕਿਤੇ 4 ਕੁ ਦਿਨਾਂ ਦੀ ਤਾਂ ਨਹੀਂ ਬਣੂਗੀ ਕਿ ਹੁਣ ਲੋਕਾਂ 'ਚ ਫਿਰ ਚਾਅ ਉੱਠ ਗਿਆ ਕਿ ਆਮ ਆਦਮੀ ਪਾਰਟੀ ਉੱਥੇ ਜਿੱਤੀ ਇੱਥੇ ਸ਼ਾਇਦ ਦੁਬਾਰਾ ਆ ਜਾਊਗੀ 2022 'ਚ ਗੱਲ ਕਰਾਂਗੇ ਨਹੀਂ ਪਰ ਅੱਜ ਦਾ ਅੱਜ ਕੀ ਸੋਚਦੇ ਭਗਵੰਤ ਮਾਨ ਮੈਂ ਅੱਜ ਸੋਚਦਾ ਮੈਂ ਪੋਜ਼ਿਟਿਵ ਹਾਂ ਮੈਂ ਤਾਂ ਪਹਿਲਾਂ ਵੀ ਪੋਜ਼ਿਟਿਵ ਸੀ ਪਹਿਲਾਂ ਭਗਵੰਤ ਮਾਨ ਨੂੰ ਵੀ ਕਹਿੰਦੇ ਸੀ ਤੁਹਾਡੀ ਜਵਾਨ 'ਚ ਜਬ ਤੋਂ ਤੂੰ ਜਵਾਨ 'ਚ ਜਬ ਤੋਂ ਸੰਗਰੂਰ ਦੇ ਲੋਕਾਂ ਨੇ ਦੁਬਾਰਾ ਜਿਦਾ ਕੇ ਮੈਨੂੰ ਮੇਰੇ ਤੇ ਯਕੀਨ ਕਰਕੇ ਮੇਰਾ ਹੌਸਲਾ ਵਧਾਤਾ ਤੁਹਾਨੂੰ ਨਹੀਂ ਲੱਗਦਾ ਚਿਹਰਾ ਦੇਣਾ ਪਊਗਾ ਉਹ ਤਾਂ ਬਾਅਦ ਦੀ ਗੱਲ ਹੈ ਉਹ ਤਾਂ ਪਾਰਟੀ ਹਾਈ ਕਮਾਂਡ ਡਿਸਾਈਡ ਕਰੂਗੀ ਇਹ ਤਾਂ ਪਿਛਲੀ ਵਾਰ ਵੀ ਤੁਸੀਂ ਇਹੀ ਗੱਲਾਂ ਕਹਿੰਦੇ ਸੀ ਕਿ ਹਾਈ ਕਮਾਂਡ ਡਿਸਾਈਡ ਕਰੂਗੀ ਅੱਜ ਵੀ ਕਹਿੰਦਾ ਮੈਨੂੰ ਤਾਂ ਕੁਝ ਆਈ ਨਹੀਂ ਪੰਜਾਬ ਦੇ ਮੁੱਦਿਆਂ ਤੇ ਘੱਟ ਬੋਲਦੇ ਭਗਵੰਤ ਮਾਨ ਪਾਣੀਆਂ ਦੇ ਮੁੱਦੇ ਦਾ ਸਵਾਲ ਆਇਆ ਸੀ ਕਿ ਪਾਣੀਆਂ ਤਾਂ ਕੀ ਸਟੈਂਡ ਹੋਊਗਾ ਇੱਕ ਮਿੰਟ ਚਿੱਟੇ ਦੇ ਮੁੱਦੇ ਤੇ ਭਗਵੰਤ ਮਾਨ ਬੋਲਦਾ ਹੈ ਪਾਣੀ ਡੂੰਘੇ ਚਲੇ ਗਏ ਸਾਡੇ ਮੈਂ ਕਹਿ ਰਿਹਾ ਕਿ SYL ਦਾ SYL ਤੇ ਕੀ ਸਟੈਂਡ ਹੋਊਗਾ ਭਗਵੰਤ ਮਾਨ ਪਾਣੀ ਹੈ ਹੀ ਨਹੀਂ ਜਦੋਂ ਮੈਥੋਂ ਦੇ ਦਿਆ ਹੁਣ ਤੁਹਾਡੀਆਂ ਅੱਖਾਂ 'ਚ ਵੀ ਪਾਣੀ ਹੈ ਨਹੀਂ ਅੱਜ ਤਾਂ ਚਿੱਟੇ ਨਾਲ ਮਰ ਮਰ ਕੇ ਸਾਡੇ ਗੱਭਰੂ ਜਵਾਨ ਤੇ ਸਾਡੇ ਤਾਂ ਰੋ ਰੋ ਕੇ ਸਾਡੇ ਤਾਂ ਅੱਖਾਂ ਦਾ ਪਾਣੀ ਵੀ ਮੁੱਕ ਗਿਆ ਤੇ ਸਭ ਤੋਂ ਵੱਧ ਤਾਂ ਮੈਂ ਹੀ ਬੋਲਦਾ ਪਾਰਲੀਮੈਂਟ ਸਭ ਤੋਂ ਵੱਧ ਪੰਜਾਬ ਦੇ ਮੁੱਦਿਆਂ ਤੇ ਮੈਂ ਹੀ ਬੋਲਦਾ ਹਾਂ ਉਹ ਅਲੱਗ ਗੱਲ ਹੈ ਕਿ ਤੁਹਾਡੇ ਚੈਨਲ ਤੇ ਚੱਲਦਾ ਨਹੀਂ ਉਹ ਨਾ ਤਾਂ ਕਰਕੇ ਸਾਰਾ ਕੁਝ ਚੱਲਦਾ ਹੈ ਮਾਨ ਸਾਹਿਬ ਇਹ ਵੀ ਚੱਲ ਰਿਹਾ ਹੈ ਲਾਈਵ ਹੀ ਹੈ ਇਹ ਵੀ ਲਾਈਵ ਹੈ ਸਾਉਣ ਦੇ ਜਦੋਂ ਸਾਰਾ ਕੁਝ ਇਹ ਵੀ ਲਾਈਵ ਹੈ ਸਾਰਾ ਕੁਝ ਦੁਨੀਆ ਸਾਉਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਦਿਸਦਾ ਹੁੰਦਾ ਤੁਹਾਨੂੰ ਐਂ ਲੱਗੀ ਜਾਂਦਾ ਵੀ ਮਾਨ ਸਾਹਿਬ ਅੱਜ ਮਾਨ ਸਾਹਿਬ ਇਹ ਵੀ ਲਾਈਵ ਹੀ ਚੱਲ ਰਿਹਾ ਸਾਰੀ ਦੁਨੀਆ ਦੇਖ ਰਹੀ ਹੈ ਵਧੀਆ ਗੱਲ ਹੈ ਦਿੱਲੀ ਦੇ ਵਿੱਚ ਅਸੀਂ ਤੁਹਾਡੀ ਜਿਸ ਦਿਨ ਜਿੱਤ ਹੋਈ ਹੈ ਸਾਰੀ ਇੱਕ ਇੱਕ ਰਿਪੋਰਟ ਦੀ ਕਵਰੇਜ ਕੀਤੀ ਹੈ ਜਾ ਕੇ ਅਗਰ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਬੋਲਣ ਵਾਲਾ ਜਿਹੜਾ MP ਹੈ ਉਹਦੀਆਂ ਵੀ ਸਾਰੀਆਂ ਰਿਪੋਰਟਾਂ ਦਿਖਾਓ ਨਾ ਸਭ ਤੋਂ ਵੱਧ ਤਾਂ ਮੈਂ ਹੀ ਬੋਲਦਾ ਸਭ ਤੋਂ ਵੱਧ ਭਗਵੰਤ ਮਾਨ ਦਿਖਾਈ ਜਾਂਦੇ ਤੁਸੀਂ ਸਮਝ ਨਹੀਂ ਦਿੰਦੇ ਪਰ ਪੰਜਾਬ ਦੇ ਮੁੱਦੇ ਹੁੰਦੇ ਨੇ ਉਹ ਭਗਵੰਤ ਮਾਨ ਤੁਸੀਂ ਇਹ ਕਿਵੇਂ ਕਹਿ ਸਕਦੇ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਨਹੀਂ ਜਿਹੜੇ ਰੀਸੈਂਟ ਮੁੱਦੇ ਮੈਂ ਇਹ ਕਹਿ ਰਿਹਾ ਕਿ ਜਿਹੜੇ ਰੀਸੈਂਟ ਮੁੱਦੇ ਆਮ ਮੁੱਦੇ ਜਿਹੜੇ ਪੰਜਾਬ 'ਚ ਚੱਲਦੇ ਰਹਿੰਦੇ ਆ IELTS ਤੇ ਵੀ ਬੋਲਦਾ ਕਿ ਸਾਡੇ ਧੀਆਂ ਪੁੱਤ IELTS ਨੂੰ ਇੱਕ ਡਿਗਰੀ ਸਮਝ ਬੈਠੇ ਸਾਡੇ
ਸਾਡੇ ਧੀਆਂ ਪੁੱਤ ਬਾਹਰ ਭੱਜ ਰਹੇ ਨੇ ਜਹਾਜ਼ਾਂ ਦੇ ਜਹਾਜ਼, ਅੱਜ ਵੀ ਕੋਈ ਜਹਾਜ਼ ਭਰ ਕੇ ਗਿਆ ਹੋਊਗਾ, ਚਲੋ ਵੀ ਚਲੋ ਭੱਜੋ, ਮਾਪੇ ਵੀ ਕਹਿੰਦੇ ਨੇ ਪੁੱਤ ਆਈਲੈਟਸ ਕਰ ਲਓ ਭੱਜੋ ਇੱਥੋਂ, ਕਿਉਂ ਇੰਨੀ ਜ਼ਰਖੇਜ਼ ਧਰਤੀ, ਗੁਰੂ ਨਾਨਕ ਦੇਵ ਜੀ ਦੀ ਧਰਤੀ, ਸ਼ਹੀਦ ਊਧਮ ਸਿੰਘ ਹੋਰਾਂ ਦੀ ਧਰਤੀ ਤੇ ਪੀਰਾਂ ਫਕੀਰਾਂ ਦੀ ਧਰਤੀ ਛੱਡ ਕੇ ਕਿਉਂ ਭੱਜ ਰਹੇ ਅਸੀਂ? ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਯੂਥ ਨੂੰ ਆਪਣਾ ਫਿਊਚਰ ਨਜ਼ਰ ਨਹੀਂ ਆ ਰਿਹਾ ਕਿ ਇੱਥੇ ਕੀ ਹੋਊਗਾ, ਤਾਂ ਇਸ ਕਰਕੇ ਫਿਊਚਰ ਜਦੋਂ ਉਹਨਾਂ ਨੂੰ ਨਜ਼ਰ ਆਉਣ ਲੱਗ ਗਿਆ ਤਾਂ ਜਾਣੋ ਹਟ ਜਾਣਗੇ। ਮੈਂ ਤਾਂ ਚਾਹੁੰਦਾ ਕਿ ਅੰਗਰੇਜ਼ਾਂ ਨੂੰ ਇੱਧਰ ਦੀ ਆਈਲੈਟਸ ਕਰਕੇ ਅੰਗਰੇਜ਼ਾਂ ਨੂੰ ਇੱਧਰ ਆਉਣਾ ਪਵੇ, ਪੰਜਾਬੀ ਵਾਲੀ ਆਈਲੈਟ ਸ਼ੁਰੂ ਕਰਦੇ, ਇੱਧਰ ਆ ਕੇ ਕੰਮ ਕਰਨ, ਫੈਕਟਰੀਆਂ ਲਾਓ, ਇੰਡਸਟਰੀ ਲਾਓ, ਪੜ੍ਹਾਈ ਇਸ ਲੈਵਲ ਦੀ ਕਰੋ, ਨੌਕਰੀਆਂ ਦਿਓ ਬਣਦੀਆਂ, ਤਾਂ ਹੋ ਸਕਦਾ। ਤੁਹਾਡੀ ਆਬਜ਼ਰਵੇਸ਼ਨ ਕੀ, ਆਖਰੀ ਸਵਾਲ ਹੈ ਮੇਰਾ, ਕਿ ਇਹ ਹਰ ਰੋਜ਼ ਹੁਣ ਵੀ ਬਹੁਤ ਸਾਰੇ ਲੋਕ ਤੁਹਾਡੇ ਕੋਲੇ ਬੈਠੇ ਹੈ, ਕੁਝ ਚੀਜ਼ਾਂ ਜਿਹੜੀਆਂ ਕੀ ਪੁਆਇੰਟਸ ਹੁੰਦੇ ਕਿ ਲੋਕਾਂ ਦੀ ਕਿੱਥੇ ਖੜੀਆਂ ਸਮੱਸਿਆਵਾਂ, ਆਬਜ਼ਰਵੇਸ਼ਨ ਕੀ ਹੈ? ਲੋਕ ਬੈਠੇ ਹੈ ਜਿਹੜੇ, ਤੁਸੀਂ ਆਪ ਮੇਰੇ ਕੋਲ ਕਾਫੀ ਦੇਰ ਤੋਂ ਬੈਠੇ ਹੋ, ਲੋਕ ਤਾਂ ਰੋ ਹੀ ਜਾਂਦੇ ਨੇ, ਕੋਈ ਜ਼ਮੀਨ ਦਾ ਝਗੜਾ ਚੱਲੀ ਜਾਂਦਾ, ਕੋਈ ਅਫਸਰ ਨਹੀਂ ਸੁਣ ਰਿਹਾ, ਕਿਤੇ ਪੁਲਿਸ ਨਹੀਂ ਸੁਣ ਰਹੀ, ਮਤਲਬ ਸਿਸਟਮ ਕਿਤੇ ਨਾ ਕਿਤੇ ਸਿਸਟਮ ਤੋਂ ਦੁਖੀ ਜਿਹੜੇ ਇੱਥੇ ਆਉਂਦੇ ਆ, ਤੇ ਮਤਲਬ ਜਿਹੜੇ ਕੰਮ MP ਤੋਂ ਜਾਂ MLA ਤੋਂ ਬਿਨਾਂ ਹੋ ਜਾਣੇ ਚਾਹੀਦੇ ਸੀ ਉਹ ਕੰਮ ਆ ਰਹੇ ਨੇ ਸਾਡੇ ਕੋਲੇ। ਸਾਨੂੰ ਕਿਸੇ SHO ਨੂੰ ਜਾਂ ਕਿਸੇ ਪਟਵਾਰੀ ਨੂੰ ਫੋਨ ਕਰਨ ਦੀ ਲੋੜ ਨਹੀਂ ਪੈਣੀ ਸੀ, ਉਹ ਕੰਮ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਸੀ। ਇਹ ਹੋਊਗਾ ਜਦੋਂ ਸਿਸਟਮ ਠੀਕ ਹੋ ਗਿਆ। ਲੰਡਨ ਦੇ ਪਟਵਾਰੀ ਨੂੰ ਜਾਣਦੇ ਨੀ ਆਪਾਂ, ਸਰੀ ਦਾ ਕੋਈ ਪਟਵਾਰੀ ਨਹੀਂ ਤੇ ਨਾ DSP ਨੂੰ ਜਾਣਦੇ ਹੋ, ਆਪ ਹੀ ਕੰਮ ਹੋ ਜਾਂਦੇ ਨੇ। ਤਾਂ ਇੱਥੇ ਮਤਲਬ ਛੋਟਾ ਜਿਹਾ ਕੰਮ ਵੀ MLA ਕੋਲ ਜਾਓ ਪਹਿਲਾਂ, MLA ਕਹਿੰਦਾ ਦੇਖਿਆ ਤੇਰਾ ਕੰਮ ਕਰਾਤਾ ਮੈਂ, ਫਿਰ ਹੁਣ ਵੋਟਾਂ ਮੈਨੂੰ ਪਾਈ, ਏਦਾਂ ਆਸਾਨਾ ਥੱਲੇ ਦੱਬਦੇ ਆ ਇਹ ਕੰਮ, ਇਹ ਕਲਚਰ। ਬਾਹਰ ਤਿੰਨ ਜਾਣੇ ਬੈਠੇ ਆ, ਉਹਨਾਂ ਨੇ 2014 'ਚ ਤੁਹਾਡੇ ਪੋਸਟਰ ਲਾਏ ਸੀ, ਸੜਕ ਬਣੀ ਹੈ ਪਿੰਡ ਦੀ, ਇਧਰਲੇ ਪਾਸੇ ਵੀ ਬਣ ਗਈ, ਇਧਰਲੇ ਪਾਸੇ ਵੀ ਬਣ ਗਈ, ਜਿੱਥੇ ਤੁਹਾਡੇ ਪੋਸਟਰ ਲੱਗੇ ਸੀ ਉਹ ਹਿੱਸਾ ਰਹਿ ਗਿਆ ਵਿੱਚੋਂ? ਬਣਾ ਦਾਂਗੇ ਜੀ, ਹੁਣ ਸਾਡੇ ਕੋਲ ਜਿੰਨਾ ਕੁ ਹੈਗਾ, ਮੇਰੇ ਕੋਲ ਹਰਾ ਪੈਣਾ ਤੇ 5 ਕਰੋੜ ਰੁਪਏ ਇੱਕ ਸਾਲ ਦਾ ਆਉਂਦਾ, ਬਣਾ ਦਾਂਗੇ ਅੱਗੇ। ਉਹ 5500 ਸਕੂਲ ਤੁਸੀਂ ਕੋਈ ਇੱਕ ਅੱਧਾ ਗੇੜਾ ਮਾਰਿਆ ਜਿਹੜਾ ਕੈਪਟਨ ਸਾਹਿਬ ਉੱਥੇ ਦਿੱਲੀ 'ਚ ਦੱਸ ਕੇ ਆਏ ਸੀ ਅਸੀਂ ਬਣਾਏ? ਕੈਪਟਨ ਸਾਹਿਬ ਦੱਸ ਦੇਣ ਕਿਹੜੇ ਕਿਹੜੇ ਸਕੂਲ ਬਣਾਏ ਆ, ਤੇ ਕੈਪਟਨ ਸਾਹਿਬ ਇਹ ਵੀ ਦੱਸ ਦੇਣ ਕਿ ਨੌਕਰੀਆਂ ਸਾਡੇ। ਇਸੇ ਕਰਕੇ ਜਿਹੜੀ 1 ਸੀਟ ਆਉਣੀ ਸੀ ਨਾ ਕਾਂਗਰਸ ਨੂੰ, ਇੱਕ ਦਿਨ ਕੈਪਟਨ ਸਾਹਿਬ ਜਾ ਕੇ ਉਹ ਵੀ ਖਤਮ ਕਰਿਆ ਹੈ, ਇੱਕ ਦਿਨ 'ਚ ਫਿਰ ਵਾਪਸ ਮੁੜਨਾ ਪੈ ਗਿਆ, ਗਏ 3 ਦਿਨ ਵਾਸਤੇ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਬਣਨੀ ਨਹੀਂ। ਸੋ ਇੱਦਾਂ ਦੇ ਝੂਠ ਹੁਣ ਨਹੀਂ ਚੱਲਣਗੇ। ਹੁਣ ਜਦੋਂ ਪਾਰਲੀਮੈਂਟ ਜਾਂਦੇ ਹੋ, ਜਿਹੜਾ ਤੁਹਾਡੇ ਉਸ ਦਿਨ ਮੂੰਹ ਸੁੰਘਦੇ ਸੀਗੇ ਜਿਹੜੇ ਆ ਕੇ, ਦਿੱਲੀ ਦੇ ਚੋਣ ਦੇ ਰਿਜ਼ਲਟ ਤੋਂ ਬਾਅਦ ਗੱਲ ਹੋਈ ਉਹਨਾਂ ਦੇ ਨਾਲ? ਵਧਾਈਆਂ ਦਿੰਦੇ ਨੇ ਉਹਨੂੰ, ਕਹਿੰਦੇ ਬਹੁਤ ਬਹੁਤ ਮੁਬਾਰਕ। ਮੈਂ ਕਿਹਾ ਧੰਨਵਾਦ, ਮੁਬਾਰਕਾਂ ਤਾਂ ਫਿਰ ਕੋਈ ਵੀ ਦੇ ਸਕਦਾ, ਧੰਨਵਾਦ। CM ਸਾਹਿਬ ਨੇ ਵੀ ਦਿੱਤੀ ਹੈ? CM ਸਾਹਿਬ ਨੂੰ ਦਿੱਤੀ ਹੈ ਜੀ, ਮੈਂ ਪੰਜਾਬ ਵਾਲੇ CM ਨੇ ਦਿੱਤੀ, ਮੁਬਾਰਕ ਤੁਹਾਨੂੰ ਕੈਪਟਨ ਸਾਹਿਬ ਨੇ, ਪਰ ਪ੍ਰਧਾਨ ਮੰਤਰੀ ਸਾਹਿਬ ਨੂੰ ਸੱਦਾ ਪੱਤਰ ਭੇਜਿਆ ਕੱਲ ਦੇ ਸਹੁੰ ਚੁੱਕ ਸਮਾਗਮ ਦਾ, ਆਉਣਾ ਨਾ ਆਉਣਾ ਉਹਨਾਂ ਦਾ ਕੰਮ ਹੈ, ਪਰ ਅਸੀਂ ਕੋਈ ਇਹ ਕੋਈ ਸਾਡੀ ਕੋਈ ਵਿਅਕਤੀਗਤ ਲੜਾਈ ਨਹੀਂ, ਵਿਚਾਰਕ ਮਤ ਭੇਜ ਦੇ ਨੇ ਇਸ ਕਿਹੜੀ ਗੱਲ। ਸਾਰੀ ਦੁਨੀਆ ਇੱਕੋ ਸਵਾਲ ਕਰ ਰਹੀ ਹੈ ਕਿ ਨਵਜੋਤ ਸਿੱਧੂ ਇੱਧਰ ਆਉਣਗੇ ਆਮ ਆਦਮੀ ਪਾਰਟੀ 'ਚ? ਸਿੱਧੂ ਸਾਹਿਬ ਦਾ ਇਮੇਜ ਬਹੁਤ ਕਮਾਲ ਹੈ, ਬਹੁਤ ਸੁਪਰ ਆਨੈਸਟ ਪਰਸਨ ਨੇ, ਕੋਈ ਉਹਨਾਂ 'ਤੇ ਦਾਗ ਨਹੀਂ ਹੈਗਾ, ਅਤੇ MP ਵੀ ਰਹੇ ਨੇ, MLA ਵੀ ਰਹੇ ਨੇ, ਮੰਤਰੀ ਵੀ ਰਹੇ ਨੇ, ਅਤੇ ਪਰ ਸਾਡੇ ਨਾਲ ਕੋਈ ਆਫੀਸ਼ੀਅਲ ਕੋਈ ਇਸ ਤਰ੍ਹਾਂ ਦੀ ਹਜੇ ਗੱਲ ਨਹੀਂ ਹੋਈ। ਕੋਈ ਆਫੀਸ਼ੀਅਲ ਗੱਲ ਨਹੀਂ, ਕੋਈ ਗੱਲਬਾਤ ਉਹਨਾਂ ਵੱਲੋਂ ਵੀ ਨਹੀਂ ਹੈ, ਚਾਂਸਸ ਹੈਗੇ ਆ, ਰਾਹ ਖੁੱਲ੍ਹਾ। ਦੇਖੋ ਅਸੀਂ ਤਾਂ ਕਹਿੰਦੇ ਹਾਂ ਕਿ ਬਿਨਾਂ ਸ਼ਰਤ ਅਤੇ ਬੇਦਾਗ ਕੋਈ ਵੀ ਬੰਦਾ ਹੋਵੇ ਆ ਸਕਦਾ। ਸੁਖਪਾਲ ਖਹਿਰਾ, ਉਹ ਕਈ ਬੰਦੇ ਇਹੋ ਜਿਹੇ ਹੁੰਦੇ ਨੇ, ਇੱਕ ਹਿੰਦੀ ਦਾ ਸ਼ੇਅਰ ਹੈ ਕਿ ਦੁਸ਼ਮਣੀ ਕਰੋ ਤੋ ਜਮ ਕੇ ਕਰੋ, ਮਗਰ ਖਿਆਲ ਇਤਨਾ ਰਹੇ ਕਿ ਅਗਰ ਕਦੀ ਦੁਬਾਰਾ ਦੋਸਤ ਬਣਨਾ ਪੜੇ ਤੋ ਸ਼ਰਮਿੰਦਾ ਨਾ ਹੋ। ਕਈ ਬੰਦੇ ਇੰਨਾ ਵਿਰੁੱਧ ਬੋਲ ਗਏ ਅਰਵਿੰਦ ਕੇਜਰੀਵਾਲ ਤੇ ਪਰਸਨਲ ਗੱਲਾਂ ਮੇਰੇ ਤੇ ਪਾਰਟੀ ਵਿਰੁੱਧ ਕਿ ਉਹਨਾਂ ਨੇ ਰਸਤੇ ਆਪ ਹੀ ਬੰਦ ਕਰ ਲਏ, ਉਹਦਾ ਮੈਂ ਕੁਛ ਨਹੀਂ ਕਰ ਸਕਦਾ। ਬਿਲਕੁਲ ਬੰਦ ਨੇ ਰਾਹ, ਨਹੀਂ ਬੰਦ ਮਤਲਬ ਬਾਕੀ ਕੋਈ ਹੋਰ ਕੋਈ ਪੰਜਾਬ ਲਈ ਓਨੈਸਟ ਮੰਨਦੇ ਹੋ ਤੁਸੀਂ ਉਹਨਾਂ ਨੂੰ? ਨਹੀਂ ਖਹਿਰਾ ਸਾਹਿਬ ਤੇ ਵੀ ਕੋਈ ਇਲਜ਼ਾਮ ਨਹੀਂ ਹੈਗਾ, ਸਿਰਫ ਇਹ ਹੈ ਕਿ ਬਿਆਨਬਾਜ਼ੀ ਕਰਕੇ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਉਹ ਰਾਹ ਬੰਦ ਹੋ ਗਿਆ। ਬਿਆਨਬਾਜ਼ੀ ਇਸ ਤਰ੍ਹਾਂ ਦੀ ਕਰਤੀ, ਅਰਵਿੰਦ ਕੇਜਰੀਵਾਲ ਨੂੰ ਗਦਾਰ, ਕਮੀਨਾ, ਇਹੋ ਜਿਹੇ ਲਫ਼ਜ਼, ਮਤਲਬ ਰਾਹ ਫਿਰ ਆਪ ਹੀ ਬੰਦ। ਹੁਣ ਵੀ ਉਹਨਾਂ ਨੇ ਕਿਹਾ ਕਿ ਜੇ ਭਗਵੰਤ ਮਾਨ ਤੇ ਭਰੋਸਾ ਸੀਗਾ ਤਾਂ ਪਹਿਲਾਂ ਉਹਨਾਂ ਨੂੰ CM ਪ੍ਰੈਜ਼ੈਂਟ ਕਿਉਂ ਨਹੀਂ ਕੀਤਾ ਗਿਆ? ਤੁਸੀਂ ਮੇਰੇ ਖਿਆਲ 'ਚ 5-7 ਸਵਾਲ ਪਹਿਲਾਂ ਕਿਹਾ ਸੀ ਆਖਰੀ ਸਵਾਲ ਹੈ, ਹੁਣ ਅਗਲਾ ਆਖਰੀ ਕਦੋਂ ਆ ਰਿਹਾ? ਕਿਰਪਾ ਕਰਕੇ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਨਾ, ਇਹ ਵੀ ਟੈਕਟ ਹੁੰਦਾ ਪੱਤਰਕਾਰ ਦਾ ਕਿ ਥੋੜਾ ਜਿਹਾ ਸਮਾਂ ਹੋਰ ਲੈ ਲਿਆ ਜਾਵੇ ਇਸ ਤਰੀਕੇ ਨਾਲ। ਨਹੀਂ ਅਲੱਗ ਗੱਲ ਹੈ, ਪਰ ਮੈਂ ਇੰਨਾ ਚਾਹੁੰਦਾ, ਮੈਂ ਭਾਰਤ ਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ, ਲੋਕ ਜਿੱਤੇ ਨੇ, ਸਕੂਲ ਜਿੱਤੇ ਨੇ, ਮੁਹੱਲਾ ਕਲੀਨਿਕ ਜਿੱਤੇ, ਔਰ ਸੈਕੂਲਰਿਜ਼ਮ ਜਿੱਤਿਆ, ਤੇ ਧਰਮ ਤੇ ਫਿਰਕੂ ਪ੍ਰਸਤੀ ਤੇ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਹਾਰੇ ਨੇ। ਭਗਵੰਤ ਮਾਨ, ਮੈਨੂੰ ਪਤਾ ਤੁਸੀਂ ਬੜੇ ਬਿਜ਼ੀ ਹੋ, ਪੋਲੀਟੀਸ਼ੀਅਨ ਦੇ ਤੌਰ ਤੇ ਨਹੀਂ, ਭਗਵੰਤ ਮਾਨ ਦੇ ਤੌਰ ਤੇ ਦਰਸ਼ਕਾਂ ਨੂੰ ਕੋਈ ਸੁਣਾ ਦਿਓ। ਮੈਂ ਇਹ ਚਾਹੁੰਦਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਹਮੇਸ਼ਾ 17 ਸਾਲ ਦੀ ਉਮਰ ਤੁਸੀਂ ਭਗਵੰਤ ਮਾਨ ਬਣੇ ਹੋ, ਹੁਣ ਤਾਂ ਪੈਟਰੋਲ ਪੰਪਾਂ ਤੇ ਲਿਖਿਆ ਜਾਇਆ ਕਰੂਗਾ, ਭਾਰਤ ਦੇ ਪੈਟਰੋਲ ਪੰਪਾਂ ਤੇ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਇੱਕ ਤਬਦੀਲੀ ਆਊਗੀ, ਪੈਟਰੋਲ ਪੰਪਾਂ ਤੇ ਇਹ ਲਿਖਿਆ ਹੋਇਆ ਕਰੂਗਾ
कि कृपया तेल डलवाने से पहले कांग्रेस जरूर चेक कर ले मीटर पर, जीरो जीरो का नाम कांग्रेस हो गया। ठीक है जी। सो लोगों ने बहुत सारे मैसेज भी भेजे ने, लोग खुश भी हुए ने, पब्लिक जीती है, लोग जीते ने, तो मैं लोगों को बधाई देनी चाहना। आ देखो यदा मतलब की है, इधरला दिल्ली की विक्टरी है, इधरली दो साल बाद पंजाब की विक्टरी। गाना चलता रहूगा दबदा कित्थे है वो गाने दे विच लाइन भी चेंज होने लगी है ना, उधर लाइन सी होर कड़ा तू दिल्ली जीती, बस दिल्ली ही जीते है हुण, ऐ होगा नाले तां तू दिल्ली जीती नाले दिल्ली जीते, गल हो गई आरनेत नाले दे बारे भी बदल दियो इह जो लोग ही कहन लगे तां आरनेत भी करी देऊगा। बहुत धन्यवाद तुसीं सानूं समां दित्ता। भगवंत मान दिल्ली दी जित तों बाद एक्साइटेड भी ने, चेहरे ते खुशी भी दिस रही है, पर 2022 दे विच कह रहे ने के पंजाब जरूर जितणगे। फिलहाल इस पेशकश च इन्ना ही, इजाजत दिओ, धन्यवाद। चार लाख तो भी घट खर्चे जेकर तुसी जाना चाहते हो कैनेडा या यूके आयल्स नाल या बिना आयल्स तो, एक बार फ्लाई राइट वीजा कंसल्टेंट दे लुधियाना ऑफिस या चंडीगढ़ ऑफिस आके मिलो या सानू कॉल करो 9856 0 85 85 ते। थैंक यू।